ਅਸਲਾਮੁਅਲੈਕੁਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ বাসਦੇ ਰਹੋ ਤੇ ਅੱਜ ਮੈਨੂੰ ਕੁਝ ਮੈਂ ਪੜ੍ਹ ਲਈ ਸਾ ਇਸ ਤਰ੍ਹਾਂ ਜਿਵੇਂ ਅਸੀਂ ਖੋਲ ਲੈਂਦੇ ਹਾਂ ਸੋਸ਼ਲ ਮੀਡੀਆ ਮੁxtਲਫ ਕਿਸਮ ਦਾ ਜ਼ਿਆਦਾ ਚੀਜ਼ਾਂ ਲੋਕਾਂ ਨੇ ਲਾਈਆਂ ਹੁੰਦੀਆਂ ਨੇ ਅੱਛੇ ਅੱਛੇ ਦਾ ਨੂੰ ਸ਼ੇਅਰ ਵੀ ਹੋਤੇ ਨਜ਼ਰ ਆ ਜਾਂਦੇ ਨੇ अच्छे अच्छे तनु लतीफे भी नजर आ ਜਾਂਦੇ ਨੇ ਕਦੀ ਕੋਈ ਐਸੀ ਛੋਟੇ ਜਿਹੇ ਜੁਮਲਾ ਬੜਾ ਅੱਛਾ ਲੱਗਦਾ ਹੈ ਤੇ ਮੈਂ ਉਹ ਫਿਰ ਉਹ ਪੜ੍ਹ ਲੈਣੀ ਆ ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਯਾਦ ਰਹੇਗਾ ਪਰ ਮੈਨੂੰ ਯਾਦ ਨਹੀਂ ਰਹਿੰਦਾ ਮੈਨੂੰ ਥੋੜੇ ਸਵੇਰੇ ਉੱਠਣੀ ਹੋ ਭੁੱਲ ਜਾਨੀ ਆ ਦੇਖੋ ਐ ਕਿ ਹਾਲ ਹੋਇਆ ਇਸੇ ਤਰ੍ਹਾਂ ਮੈਂ ਇੱਕ ਮਸਾਲਾ ਚੈਨਲ ਸ਼ੁਰੂ ਹੋਇਆ ਸੀ ਉਹਦੇ ਤਰ੍ਹਾਂ ਜ਼ਕਰ ਸ਼ਫ ਜ਼ਕਰ ਹੁੰਦੇ ਸਨ ਉਹਦਾ ਬੜਾ ਸ਼ੌਕ ਨਾਲ ਪ੍ਰੋਗਰਾਮ ਦੇਖਨੀ ਸੀ ਤੇ ਮੈਂ ਉਹ ਲੇਟ ਕੇ ਰਾਤ ਨੂੰ 11 11:30 ਵਜੇ ਆਂਦਾ ਸੀ ਕੰਮ ਸ਼ਾਮ ਕਰਕੇ ਸਾਰੇ ਸੋਫੇ ਦਾ ਲੇਟ ਜਾਨੀ ਸੀ ਇਸ ਤਰ੍ਹਾਂ ਕਰਕੇ ਦੇਖਣੀ ਹੋਣੀ ਸੀ ਉਹ ਸਾਰੀ ਰੈਸিপি ਮੈਨੂੰ ਇੰਨੀ achi ਯਾਦ ਹੁੰਦੀ ਸੀ ਮੈਂ ਕਿਹਾ ਘਰ ਦੇ ਤਾਂ ਮਸਾਲੇ ਪਾਏ ਨੇ ਤੇ ਮੁਸ਼ਕਲ ਕੀ ਹੈ ਤੇ ਮੈਂ ਦੇਖਣੀ ਸਾ ਉਹ ਕਰ ਲੇਖੋ 2-4 ਦਿਨ ਬਾਅਦ ਭੁੱਲ ਜਾਨੀ ਸੀ ਕਿ ਕੀ ਕੀ ਇੱਕ ਦਫਾ ਬੰਦਾ ਕਰ ਲੈਂਦਾ ਵੇ ਪਕਾ ਲੈਂਦਾ ਉਸ ਤਰ੍ਹਾਂ ਦੇਖ ਲੈਂਦਾ ਤੈਨੂੰ ਯਾਦ ਹੋ ਜਾਂਦਾ ਇਸੇ ਤਰ੍ਹਾਂ ਸ਼ੇਅਰ ਵੀ ਮੈਨੂੰ ਕਦੀ ਯਾਦ ਨਹੀਂ ਹੁੰਦੇ ਸੱਚੀ ਗੱਲ ਹੈ ਮੈਨੂੰ ਪੜ੍ਹਣੀਆਂ ਮੈਨੂੰ ਬੜੇ ਅੱਛੇ ਲੱਗਦੇ ਨੇ ਪਰ ਇਹ ਭੁੱਲ ਜਾਣੀਆਂ ਲਤੀਫੇ ਵੀ ਭੁੱਲ ਜਾਣੀਆਂ ਬਸ ਇਹ ਕਿਵੇਂ ਮੈਂ ਯਾਦ ਕਿਤੇ ਢਹਰੀ ਵਿੱਚ ਉਤਾਰ ਕੇ ਰੱਖ ਲਵਾਂ ਜਾਂ ਫਿਰ ਮੈਂ ਕਿਤੇ ਉਹਨੂੰ ਸੇਵ ਕਰ ਲਵਾਂ ਤਾਂ ਫੇਰ ਮੈਂ ਪੜ੍ਹ ਸਕਨੀ ਹਾਂ ਦੇ ਜਲ ਵੀ ਮੈਂ ਕੱਲ ਇਹ ਸਭ ਦੇਖ ਰਹੀ ਸੀ ਸੋਸ਼ਲ ਮੀਡੀਆ ਤੇ ਅਸੀਂ ਜਦੋਂ ਛੋਟੇ ਹੋਨੇ ਸੀ ਸਾਰੇ ਜਿਹੜੇ ਮੇਰੇ ਨਾਲ ਦੇ ਲੋਕ ਨੇ ਉਹਦੇ ਦੇ ਕਿ ਅਸੀਂ ਇੱਕ ਲਾਇਬ੍ਰੇਰੀ ਹੁੰਦੀ ਸੀ ਉੱਥੋਂ ਜਾ ਕੇ ਕਰਾਹੇ ਤੇ ਜੜਾ ਨਾ ਕਿਤਾਬਾਂ ਲੈ ਕੇ ਆਉਂਦੇ ਸੀ ਬੱਚੋ ਬੱਚੋ ਦਾ ਬੱਚੋ ਕੀ ਦੁਨੀਆ ਔਰ ਇਸ ਤਰ੍ਹਾਂ ਹੋਰ ਸਾਲੇ ਆਦੇ ਸਨ ਮੈਂ ਇੱਕ ਇੱਕ ਦਾ ਨਾਂ ਭੁੱਲ ਗਈ ਜਾਂ ਨੌ ਨੇ ਹਾਲ ਤੇ ਬਾਅਦ ਵਿੱਚ ਆਇਆ ਬੱਚੋ ਕਿ ਦੁਨੀਆ ਸਾਡੇ ਜ਼ਮਾਨੇ 'ਚ ਹੁੰਦਾ ਸੀ ਤੇ ਇੱਕ ਹੋਰ ਹੁੰਦਾ ਸੀ ਮੈਂ ਉਹਦਾ ਨਾਂ ਭੁੱਲ ਰਹੀ ਹਾਂ ਅਸੀਂ ਉਹ ਜਾ ਕੇ ਕਿਰਾਏ ਤੋਂ ਖਰੀਦ ਕੇ ਲੈ ਕੇ ਲੈ ਕੇ ਆਨੇ ਸੀ ਕਿਰਾਏ ਦੇ ਉੱਪਰ ਤੇ ਫਿਰ ਅਸੀਂ ਪੜ੍ਹਨੇ ਹੁੰਦੇ ਸਾਨੂੰ ਤੇ ਬੜਾ ਵੀ ਮਜ਼ਾ ਆਉਂਦਾ ਹੁੰਦਾ ਸੀ ਕਹਾਣੀਆਂ ਪੜ੍ਹਨ ਦਾ ਸ਼ਜ਼ਾਦਾ ਆਉਂਦਾ ਸੀ ਘੋੜਾ ਹੁੰਦਾ ਸੀ ਇੱਕ ਜਾਦੂਗਰ ਹੁੰਦਾ ਸੀ ਇੱਕ ਤੋਤਾ ਹੁੰਦਾ ਸੀ ਤੇ ਉਹਦੇ ਵਿੱਚ ਸ਼ਜ਼ਾਦੀ ਹੁੰਦੀ ਸੀ ਉਹ ਜਿੰਨ ਚੁੱਕ ਕੇ ਲੈ ਜਾਂਦਾ ਸੀ ਲਈ ਉਹ ਇੱਕ ਕਹਾਣੀ ਹੈ ਫਟ ਫਟ ਗਿਆ ਸੀ ਵੱਡੇ ਉਹ ਜਿੰਨ ਤੇ ਜਾਦੂਗਰ ਤੇ ਸ਼ਹਜ਼ਾਦਾ ਤੇ ਸ਼ਹਜ਼ਾਦੀ ਤੇ ਅਸਾਰੀ ਜ਼ਿੰਦਗੀ ਜਿਹੜਾ ਨਾ ਸੀ ਸ਼ਹਜ਼ਾਦੇ ਬਣੇ ਤੇ ਨਾ ਕੋਈ ਸ਼ਹਜ਼ਾਦੀ ਬਣੇ ਤੇ ਨਾ ਕੋਈ ਆਇਆ ਸ਼ਹਜ਼ਾਦਾ ਇਸ ਤਰ੍ਹਾਂ ਰੋਲ ਖੋਲ ਕੇ ਜ਼ਿੰਦਗੀ ਗੁਜ਼ਰ ਗਈ ਹੈ ਇਹ ਕਹਾਣੀਆਂ ਜਿਹੜੀਆਂ ਹੁੰਦੀਆਂ ਨੇ ਕਹਾਣੀਆਂ ਹੀ ਰਹਿ ਜਾਂਦੀਆਂ ਨੇ ਉਹ ਕੋਈ ਹਕੀਕਤ ਨਹੀਂ ਹੁੰਦੀਆਂ ਪਰ ਇਹ ਵੀ ਕਿ ਕਹਾਣੀ ਦੇ ਨਾਲ ਜ਼ਿਹਨ ਖੋਲਦਾਵੇ ਬੱਚਿਆਂ ਨੂੰ ਸੁਣਾਣੀ ਜ਼ਰੂਰ ਚਾਹੀਦੀ ਹੈ ਨਾਨੀਆਂ ਦਾਦੀਆਂ ਸਾਡੀਆਂ ਸਾਨੂੰ ਜਿਹੜੇ ਸੁਣਾਉਂਦੀਆਂ ਸੁਣਾਉਂਦੀਆਂ ਸਾ ਨਾਲ ਪਾ ਲੈਣਾ ਕਾਸ਼ ਆ ਜਾਓ ਤੁਸੀਂ ਕਹਾਣੀ ਸੁਣੋ ਤੇ ਕਹਾਣੀ ਅੱਛੀ ਹੈ ਜਦੋਂ ਕੋਈ ਦਾ ਬੱਚਾ ਸੋਚਦਾ ਵੇ ਸਵਾਲ ਕਰਦਾ ਵੇ ਉਹਦੇ ਵਿੱਚ ਫਿਰ ਬੱਚਿਆਂ ਨੂੰ ਜ਼ਰੂਰ ਸੁਣਾਉਣੀਆਂ ਚਾਹੀਦੀਆਂ ਨੇ ਕਹਾਣੀਆਂ ਤੇ ਪਹਿਲੇ ਸਮਾਂ ਨੇ ਵਿੱਚ ਜਿਹੜਾ ਹੁੰਦਾ ਸੀ ਬੱਚਿਆਂ ਨੂੰ ਸ਼ੌਕੀ ਕਹਾਣੀਆਂ ਦਾ ਹੁੰਦਾ ਸੀ ਹੋਰ ਕਿਹੜਾ ਸ਼ੌਕ ਸੀ ਹੁਣ ਤੇ ਜੇ ਦੇਖੋ ਤੁਸੀਂ ਕਿ ਇੰਨੀਆਂ ਚੀਜ਼ਾਂ ਨੇ ਬੱਚੇ ਹਾਂ ਪੀ ਦੇਖ ਲੈਂਦੇ ਨੇ ਕੋਈ ਕਦੀ ਕਿਸੇ ਬੱਚਨ ਨਹੀਂ ਕਿਹਾ ਵੇ ਸਾਨੂੰ ਕਹਾਣੀ ਸੁਣਾ ਦਿਓ ਤੇ ਨਾ ਕਿਸੇ ਵੱਡੇ ਨੂੰ ਫੁਰਸਤ ਹੈ ਕਿ ਆਜਾ ਬੇਟਾ ਜ਼ਰਾ ਮਿਲ ਡਾਕੂਮੈਂਟ ਵਰਗੋ ਬੈ ਬੈ ਤੈਨੂੰ ਕਹਾਣੀ ਸੁਣਾਵਾ ਬਈ ਹਰ ਕੋਈ ਆਪਣਾ ਆਪਣੇ ਲਗਿਆ ਪਿਆ ਆਪਣੇ ਆਪਣੀ ਉਹਦੇ ਵਿੱਚ ਮੋਬਾਈਲ ਆ ਚੁਦਾ ਕਿਸੇ ਨੂੰ ਕੋਈ ਫੁਰਸਤ ਨਹੀਂ ਦੂਸਰੇ ਨਾਲ ਗੱਲ ਕਰਨ ਦੀ ਤੇ ਉਹ ਕਹਾਣੀਆਂ ਵੀ ਸਾਡੀਆਂ ਗਵਾਚ ਗਈਆਂ ਕਹਾਣੀਆਂ ਸੁਣਾਉਣ ਵਾਲੇ ਵੀ ਗਵਾਚ ਗਏ ਤੇ ਕਹਾਣੀਆਂ ਸੁਣਨ ਵਾਲੇ ਵੀ ਆਪਣੀ ਉਹਨਾਂ ਦੀ ਇੱਕ ਦੁਨੀਆ ਬਣ ਗਈ ਏ ਤੇ ਹੁਣ ਉਹ ਸਿਲਸਿਲਾ ਹੀ ਖਤਮ ਹੋ ਗਿਆ ਵੇ ਸਾਡਾ ਇਜਰਾ ਚੰਦ ਦੇ ਵਿੱਚ ਉਹ ਸੋਲੋ ਵਿੱਚ ਚੰਦ ਵਿੱਚ ਦੇਖੋ ਅਮਾ ਬੈਟੀ ਚਰਖਾ ਤੇ ਕੱਤਦੀ ਮਾਨਨ ਦੇਖ ਦੇਖ ਕੇ ਅਸੀਂ ਪਾਗਲ ਹੋ ਜਾਂਦਾ ਕਿੱਥੇ ਆਖਰ ਇਹਨੇ ਗੌਰ ਨਾ ਦੇਖਨੇ ਸਕੇ ਵਾਕਈ ਅਮਾ ਸਾਨੂੰ ਚਰਖਾ ਕੱਤਦੀ ਦੀ ਨਜ਼ਰ ਆ ਜਾਂਦੀ ਸੀ ਆਹੋ ਆਹੋ ਫਿਰ ਅਸੀਂ ਕਹਿੰਦਾ ਆਹੋ ਮੱਕੀ ਕੱਤਦੀ ਭਈ ਇਹਨੇ ਕਿ ਬੇਵਕੂਫ ਅਸੀਂ ਬੱਚੇ ਹੋ ਨਹੀਂ ਸਕੇ ਸਾਨੂੰ ਅਮਾ ਚਰਖਾ ਕੱਤਦੀ ਦੀ ਨਜ਼ਰ ਆ ਜਾਂਦੀ ਸੀ ਤੇ ਉਹ ਸਮਾਂ ਨੇ ਨਾਇਾਬ ਹੋਏ ਹੁਣ ਬੱਚੇ ਚੜੇ ਨੇ ਪ੍ਰਵੀਨ ਸ਼ਾਕਰ ਦਾ ਸ਼ਾਇਰ ਇਹਨਾ ਕਿ ਜੁਗਨੂ ਨੂੰ ਦਿਨ ਮੇ ਪਰਖਣੇ ਦੀ ਜ਼ਿੱਦ ਕਰੇ ਬੱਚੇ ਹਮਾਰੇ ਅਹਦ ਕੇ ਚਾਲਾਕ ਹੋ ਗਏ ਤਾਂ ਵਾਕਈ ਚਲਾਕ ਹੋ ਗਏ ਜੇ ਬੱਚੇ ਅੱਜ ਕੱਲ ਦੇ ਬਿਲਕੁਲ ਵੀ ਤੁਹਾਨੂੰ ਜਿਹੜਾ ਸਬਕ ਪੜਾਉਂਦੇ ਨੇ ਤੁਹਾਡੇ ਬੱਚੇ ਤੇ ਮੈਂ ਚਲੋ ਤੁਹਾਨੂੰ ਇੱਕ ਇੱਕਾਦ ਸ਼ੇਰ ਸੁਣਾ ਦੇਣੀ ਆ ਤਾਂ ਚਲ ਅਸੀਂ ਆਪਣੀ ਗੱਲ ਖਤਮ ਕਰਨੀ ਆ ਗੱਲ ਮੇਰੀ ਗੱਲਾਂ ਲੰਮੀਆਂ ਹੋ ਜਾਂਦੀਆਂ ਨੇ ਕੁਝ ਅੱਜ ਕੱਲ ਇਹ ਸਾ ਮਸਲਾ ਚੱਲ ਰਿਹਾ ਵੇ ਜੜਾਣਾ ਮੈਂ ਜਦੋਂ ਲਾਨੀ ਆਪਣੇ ਵੀਡੀਓ ਪਤਾ ਨਹੀਂ ਕੀ ਮਸਲਾ ਹੋ ਗਿਆ ਚਕਾ ਲਈ ਇੱਕ ਲਕੀਰ ਆਣ ਲੱਗ ਗਈ ਇਹ ਮੈਂ ਇਨੀ ਕੋਸ਼ਿਸ਼ ਕੀਤੀ ਦਿਨ ਨੂੰ ਅਪਲੋਡ ਕਰਕੇ ਦੇਖਿਆ ਰਾਤ ਨੂੰ ਉਹ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਕੀ ਹੋ ਗਿਆ ਵੀ ਹੁਣ ਵੀਡੀਓ ਦੇ ਵਿੱਚ ਮੈਨੂੰ ਸ਼ਾਇਦ ਠੀਕ ਹੋ ਜਾਵੇ ਫਿਲਹਾਲ ਮੈਨੂੰ ਸਮਝ ਨਹੀਂ ਲੱਗੀ ਤੇ ਚਲੋ ਵੀ ਮੈਂ ਸਾਨੇ ਕਿ ਜਪਾਨੀ ਜਿਹੜੇ ਨੇ ਉਹ ਕਹਿੰਦੇ ਨੇ ਪੜੇ ਬਗੈਰ ਤੇ ਤੁਸੀਂ ਅਛਾਈ ਨੂੰ ਜਾਣ ਹੀ ਨਹੀਂ ਸਕਦੇ ਤੇ ਚੀਨੀ ਕਹਿੰਦੇ ਨੇ ਵੀ ਪੜ੍ਹੇ ਬਗੈਰ ਤੁਸੀਂ ਤੁਹਾਡੀ ਤਰੱਕੀ ਮੁਮਕਿਨ ਨਹੀਂ ਤੇ ਅਮਰੀਕੀ ਕਹਿੰਦੇ ਨੇ ਵੀ ਜਿਵੇਂ ਜਿਵੇਂ ਸੀ ਪੜ੍ਹਦੇ ਜਾਂਦੇ ਆ ਸਵਾਲ ਜ਼ੇਹਨ ਚ ਆਉਂਦੇ ਜਾਂਦੇ ਨੇ ਪੜ੍ਹਨਾ ਬਹੁਤ ਜ਼ਰੂਰੀ ਹੈ ਤੇ ਪਾਕਿਸਤਾਨੀ ਕਹਿੰਦੇ ਜੇ ਕਿ ਜ਼ਿਆਦਾ ਪੜਨ ਨਾਲ ਇਨਸਾਨ ਪਾਗਲ ਹੋ ਜਾਂਦਾ ਵੇ ਲੋ ਬਈ ਤੇ ਇਹ ਵੀ ਬੜਾ ਅੱਛਾ ਮੈਨੂੰ ਲੱਗਿਆ हम लोगों से सिर्फ तब तक लड़ते हैं जब तक हमें उनसे प्यार की उम्मीद होती है जब वो उम्मीद ख़त्म हो जा हो जाती है तो हम लड़ना भी बंद कर देते हैं तमाशा रोज़ करते हो वफाओं का जफाओं का कभी उतरो मेरे दिल में मोहब्बत सीख जाओगे ਤੇਨੂੰ ਆਖਿਆ ਸੀ ਮੁਠ ਰੇਤ ਦੀਆਂ ਮੁਠ ਖੋਲੀ ਨਾ ਮੈਨੂੰ ਰੋਲੀ ਨਾ ਤੂੰ ਫੇਰ ਵੀ ਮੁਠ ਨੂੰ ਖੋਲ ਦੇਤਾ ਮੈਨੂੰ ਆਖਰ ਸਜਣਾ ਰੋਲ ਦਿੱਤਾ ਕبھی ਉਹ ਸ਼ਖਸ ਥਾ ਹਮ ਥੇ ਔਰ ਇਤਨੀ ਬਾਤਾਂ ਥੀ ਅਬ ਉਹ ਸ਼ਖਸ ਹੈ ਹਮ ਹੈ ਔਰ ਇੱਕ ਖਾਮੋਸ਼ੀ ਹੈ ਲੋ ਵੀ ਐਮ ਇਹ 4 5 ਚੀਜ਼ਾਂ ਜਿਹੜੇ ਇਹਦੇ ਵਿੱਚ ਨਾ ਇਹ ਆਪਣੀ ਟੈਬਲੇਟ ਵਿੱਚ ਰੱਖੀਗਾ ਸਰ ਸੇਫ ਕਰਕੇ ਕਿ ਮੈਂ ਕਹ ਫਰਮਾ ਭੁੱਲ ਜਾਨੀ ਆ ਇਹਨੇ ਅੱਛੇ ਅੱਛੇ ਜੁਮਲੇ ਹੁੰਦੇ ਨੇ ਮੈਂ ਇਸ ਤਰ੍ਹਾਂ ਹੋਰ ਵੀ ਕਰਾਂਗੀ ਮੈਂ ਕੱਲ ਇੱਕ ਰਜਿਸਟਰ ਲੈ ਆਪਦੀ ਰਹੀ ਮੇਰਾ ਇੱਕ ਰਜਿਸਟਰ ਗੁਆਚ ਗਿਆ ਮੈਂ ਲੈ ਕੇ ਆਈ ਸੀ ਕਿ ਉੱਤੇ ਮੈਂ ਕੁਝ ਉਤਾਰ ਲੈਣੀ ਆ ਕੁਝ ਪੁਆਇੰਟ ਐਸੇ ਕਦੀ ਫਿਰ ਦੇਖ ਜਾਂਦਾ ਪਰ ਮੈਨੂੰ ਮਿਲਦਾ ਨਹੀਂ ਪਿਆ ਉਹ ਮਿਲ ਗਿਆ ਨਾ ਮੈਂ ਉਹਦੇ ਵਿੱਚ ਫਿਰ ਮੈਂ ਅੱਛੇ ਕਿਉਂਕਿ ਮੈਂ ਅੱਜਕੱਲ ਮਸਤਨ ਸਰ ਹੁਸੈਨ ਤਾਰਟ ਸਾਹਿਬ ਦਾ ਚੀਜ਼ਾਂ ਪੜ ਰਹੀਆਂ ਮੈਨੂੰ ਬੜਾ ਮਜ਼ੇ ਉਹਨੇ ਛੋਟੇ ਛੋਟੇ ਜੁਮਲੇ ਨੇ ਛੋਟੇ ਛੋਟੇ ਉਹਦੇ ਅਲਫਾਜ਼ ਨੇ ਪਰ ਦਿਲ ਤੇ ਅਸਰ ਕਰਨ ਵਾਲੇ ਨੇ ਗੱਲ ਜ਼ਿਆਦਾ ਜ਼ਰੂਰੀ ਨਹੀਂ ਕਿ ਬਹੁਤ ਬੜੀ ਹੋਵੇ ਕਿਸ ਤਰ੍ਹਾਂ ਵੀ ਬਸ ਇੱਕ ਛੋਟਾ ਜਿਹਾ ਜੁਮਲਾ ਵੀ ਤੁਹਾਨੂੰ ਇੰਨਾ ਮਤਾਸਰ ਕਰਦਾ ਵੇ ਤੁਸੀਂ ਬੜੇ ਹੋ ਤੋਂ ਖੁਸ਼ ਵੀ ਹੋ ਜਾਂਦੇ ਹੋ ਬਾਸ ਸਬਕਾਂ ਬਹੁਤ ਜੁਮਲੇ ਹੁੰਦੇ ਨੇ ਬਾਜ਼ ਜ਼ਿਆਦਾਤਰ ਦਿਲ ਨੂੰ ਚੁਕਾਲ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਉਹ ਉਸ ਦਿਨ ਵੀ ਪੜਿਆ ਸੀ ਕਿ ਮਾਂ ਮ ਜਾਣਾ ਪੇਕੇ ਹੁੰਦੇ ਮਾਵਾ ਨਾਲ ਕੱਲੋ ਕਿਸੇ ਨੇ ਲਾਈ ਹੋਈ ਸੀ ਮੈਂ ਇੰਨਾ ਰੋਈ ਫਿਰ ਉਹ ਦੁਬਾਰਾ ਤੋਂ ਸੁਣ ਕੇ ਇੰਨਾ ਰੋਈ ਇੰਨਾ ਰੋਈ ਮੈਂ ਬੜਾ ਰੋਂਦੀ ਰਹੀ ਜਦੋਂ ਵੀ ਮੈਂ ਸੁਣਨੀ ਐਸੇ ਅਲਫਾਜ਼ ਜਾਂ ਕੁਝ ਤੋਂ ਦਿਲ ਤੇ ਸਾਡੇ ਅਸਰ ਕਰਦੇ ਨੇ ਮਾਂ ਦੇ ਹਵਾਲੇ ਦੇ ਨਾਲ ਤੇ ਕੋਈ ਵੀ ਗੱਲ ਤੁਹਾਨੂੰ ਕੋਈ ਨਗਮਾ ਹੋਵੇ ਕੋਈ ਜੁਮਲਾ ਪਾੜ ਲੋ ਕੋਈ ਕੁਛ ਕੋਈ ਐਸੀ ਕਾਇਦ ਹੋਵੇ ਤੁਹਾਨੂੰ ਬੜਾ ਜਿਹੜਾ ਨਾ ਇੱਕ ਤੜ ਜਜ਼ਬਾਤ ਜਿਹੜੇ ਨਾ ਉਹ ਸ਼ਰੀਰ ਕਿਸਮ ਦੇ متاثر ਹੋ ਜਾਂਦੇ ਨੇ ਤੇ ਚਲੋ ਹੁਣ ਫੇ ਮੈਂ ਚੱਲ ਨਹੀਂ ਆ ਫਿਰ ਇਨਸ਼ਾਅੱਲਾ ਸੀ ਨਾਲੋਂ ਨਾਲ ਮਿਲਦੇ ਰਾਂਗੇ ਹੁਣ ਮੈਂ ਕੋਸ਼ਿਸ਼ ਹੀ ਕਰਾਂਗੀ ਕਿ ਮੈਂ ਨਾਲ ਨਾਲ ਤੁਹਾਨੂੰ ਸ਼ਾਇਰੀ ਤੇ ਨਾਲ ਇਸ ਤਰ੍ਹਾਂ ਕੋਈ ਪੰਜਾਬੀ ਸ਼ਾਇਰੀ ਕੁਝ ਉਰਦੂ ਸ਼ਾਇਰੀ ਕੁਝ ਅਸਲੀ ਲਤੀਫੇ ਇਸ ਟਾਈਪ ਦੇ ਮੈਂ ਤੁਹਾਨੂੰ ਸੁਣਾਉਂਦੀ ਰਵਾਂ ਕਿਉਂਕਿ ਮੈਂ ਬਹੁਤ ਮਾਵਾਤ ਇਕੱਠਾ ਕਰ ਲ ਲਈਆਂ ਪਰ ਫਿਰ ਮੌਕਾ ਹੀ ਨਹੀਂ ਮਿਲਦਾ ਸੁਣਾਉਣ ਦਾ ਤੇ ਇਹ ਭਲਾ ਹੋਵੇ ਕਿ ਜਦ ਮੈਂ ਇੰਨੇ ਸਾਰੇ ਯਕੀਨ ਮਨੋ ਕਲਿੱਪ ਇਕੱਠੇ ਕਰਕੇ ਰੱਖੇ ਇਸ ਨਾਲ ਮੈਂ ਕੀ ਪਕਾਇਆ ਕਿ ਇਹ ਉਹ ਉਹ ਮੈਂ ਜੋੜ ਰਹੀ ਹਾਂ ਪਰ ਉਹ ਜੁੜਦਾ ਨਹੀਂ ਪਿਆ ਪਤਾ ਨਹੀਂ ਕੀ ਚੱਕਰ ਹੋ ਗਿਆ ਤੇ ਮੈਨੂੰ ਫੇਸ ਤਰ੍ਹਾਂ ਹੀ ਬਹਿ ਕੇ ਖਤਾਬ ਕਰਨਾ ਪੈ ਰਿਹਾ ਪਰ ਇਸ ਤਰ੍ਹਾਂ ਵੀ ਜਿਹੜਾ ਮੈਂ ਲਾਨੀ ਆ ਤਾਂ ਉਹ ਫਿਰ ਇੱਕ ਪੱਟੀ نیچے ਕਾਲੀ ਆ ਜਾਂਦੀ ਇੱਕ ਉੱਪਰ ਆ ਜਾਂਦੀ ਇਹ ਕੀ ਹੋਇਆ ਮੈਨੂੰ ਸਮਝ ਈ ਆਈ ਹਲ ਤੱਕ ਤੇ ਤੇ ਜਿਹੜਾ ਉਸਮਾ ਵੀ ਉਸਮਾ ਦੀ ਬਿਗੈਰ ਹਾਜ਼ਰੀ ਲੱਗ ਗਈ ਹੈ ਪਤਾ ਨਹੀਂ ਉਸ ਬਗ ਕਿੱਥੇ ਚਲੀ ਗਈ ਮੈਂ ਕੱਲ ਵੀ ਵੀਡੀਓ ਲਾਈ ਸੀ ਉਹਨਾਂ ਦਾ ਹਾਲ ਤੱਕ ਕਮੈਂਟ ਨਹੀਂ ਆਇਆ ਤੇ ਮੈਂ ਪਹਿਲੇ ਕਿਹਾ ਸੀ ਉਸਮਾ ਕਿ ਤੂੰ ਚਲੀ ਜਾਈਂਗੀ ਭੁੱਲ ਜਾਈਂਗੀ ਵੀ ਸਾਨੂੰ ਜਿਹੜਾ ਹੁੰਦਾ ਨਾ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਹੈ ਇਸ ਤਰ੍ਹਾਂ ਹੀ ਬੇਵਫਾ ਲੋਕ ਮਿਲ ਜਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਸਮਝਦੇ ਹੋ ਕਿ ਸਾਡੇ ਬੜੇ ਅੱਛੇ ਦੋਸਤ ਨੇ ਤੁਸੀਂ ਉਹਨੂੰ ਬੜਾ ਅੱਛਾ ਸਮਝਦੇ ਹੋ ਪਰ ਬਾ ਦੋਸਤ ਵਸਤ ਨਹੀਂ ਹੁੰਦੇ ਨੇ ਉਹ ਉਹ ਵਸ ਚਲੇ ਜਾਂਦੇ ਹਨ ਨੂੰ ਛੱਡ ਕੇ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਉਸਮਾਨ ਵੀ ਗਈ ਹੁਣ ਉਸਮਾਨੀ ਆਂਦੀ ਸ਼ਾਇਦ ਮੇਰਾ ਐਵੇਂ ਪਲੇਖਾ ਪੈਂਦਾ ਹੋਵੇ ਮੈਨੂੰ ਬਹਰ ਦੇਖਨੇ ਆ ਤੇ ਉਹਦੀ ਉਸਮਾਨੀ ਫਰਮਾਇਸ਼ ਦੇ ਉੱਪਰ ਉਸ ਵਾਂਗੂੰ ਸੀ ਕਿ ਬਾਤੀ ਕੁਝ ਗੁੰਗੁਨਾ دیا ਕਰੋ ਤੇ ਮੈਂ ਚਲੋ ਗੁੰਗੁਨਾ ਦੇਣੀ ਹੈ ਮੈਨੂੰ ਯਾਦ ਵਿੱਚ ਪਹਿਲੇ ਸੋਚ ਲਿਆ ਕਰਾਂ ਤਾਂ ਮੇਰੇ ਵਾਸਤੇ ਸਾਨੀ ਹੁੰਦੀ ਸਾਨੂੰ ਵੀ ਲੈ ਚੱਲ ਨਾਲ ਵੇ ਬਾਉ ਸੋਣੀ ਗੱਡੀ ਵਾਲਿਆ ਮਾਰ ਕੇ ਬੈ ਗਈ ਛਾਲ ਵੇ ਬਾਉ ਸੋਣੀ ਗੱਡੀ ਵਾਲਿਆ ਸੁਣ ਕੇ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਆਪਣੀ ਮਾਂ ਦੀਆਂ ਗੱਲਾਂ ਦਿਲ ਮੇਰੇ ਵਿੱਚ ਉੱਠੀਆਂ ਛੱਲਾ ਦਿਲ ਮੇਰੇ ਵਿੱਚ ਉੱਠੀਆਂ ਛੱਲਾ ਹੋ ਗਈ ਲਾਲੋ ਲਾਲਵੇ ਬਾਉ ਸੋਣੀ ਗੱਡੀ ਵਾਲਿਆ ਸਾਨੂੰ ਵੀ ਲੈ ਚੱਲੇ ਨਾਲ ਵੇ ਬਾਉ ਸੋਣੀ ਗੱਡੀ ਵਾਲਿਆ ਚਲੋ ਵੀ ਫਿਰ ਚੱਲਨੇ ਆ ਫਿਰ ਮਿਲਾਂਗੇ ਐ ਮੇਰੀ ਦਵਾਈਏ ਹੋਰ ਮੈਂ ਦਵਾਈ ਖਾਣ ਲੱਗੀ ਹਾਂ ਮੇਰੇ ਸਾਥ ਦਾ ਜਿਹੜਾ ਮਸਲਾ ਹੁੰਦਾ ਉਹਦੇ ਵਾਸਤੇ ਫਿਰ ਮਿਲਾਂਗੇ ਇਨਸ਼ਾਅੱਲਾ ਅੱਲਾ ਨੇ ਚਾਇਆ ਬਸ਼ਰਤ ਇਸ ਜ਼ਿੰਦਗੀ ਅੱਲਾ ਹਾਫਿਜ਼ ਤੇ ਰੱਬ ਰੱਖਾ